ਜੀ ਮਿਤੀ 1-5 ਦੀ ਗੱਲ ਹੈ ਜੀ। ਮੇਰਾ ਏ ਐੱਸ ਆਈ ਮਹਿੰਦਰ ਸਿੰਘ ਨਾਕੇ 'ਤੇ ਖੜ੍ਹੇ ਸੀ, ਇਹਨਾਂ ਵਾਸਤੇ ਸਲਾਹ ਮਿਲੀ ਕਿ ਇਹ 5 ਮੈਂਬਰਾਂ ਦਾ ਗਰੁੱਪ ਹੈ, ਇਹ ਮੋਟਰਸਾਈਕਲ ਚੋਰੀਆਂ ਕਰਦੇ ਆ ਅਤੇ ਅੱਜ ਵੀ ਇਹ ਇਕੱਠੇ ਬੈਠੇ ਆ ਅਤੇ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਨੇ। ਤਾਂ ਏ ਐੱਸ ਆਈ ਮਹਿੰਦਰ ਸਿੰਘ ਨੇ ਮੌਕੇ 'ਤੇ ਜਾ ਕੇ ਇਹਨਾਂ ਨੂੰ ਕਾਬੂ ਕੀਤਾ। ਇਹਨਾਂ ਤੋਂ ਇੱਕ ਪਿਸਤੌਲ 3-15 ਬੋਰ ਦਾ ਬਰਾਮਦ ਹੋਇਆ, ਬਾਕੀ ਇਹਨਾਂ ਪਾਸ ਤਲਵਾਰਾਂ ਕਾਪੇ ਕਾਫੀ ਕੁਛ ਸੀ ਅਤੇ ਇਹਨਾਂ ਪਾਸੋਂ 8 ਮੋਟਰਸਾਈਕਲ ਅਤੇ ਕਾਫੀ ਮਾਤਰਾ 'ਚ ਇਹਨਾਂ ਦੇ ਟਾਇਰ, ਰਿਮ, ਅਲੋਏ ਵੀਲ ਇਸ ਤਰ੍ਹਾਂ ਦਾ ਇਹਨਾਂ ਤੋਂ ਬਰਾਮਦ ਹੋਇਆ। ਇਹ ਪਹਿਲਾਂ ਮੋਟਰਸਾਈਕਲ ਨੂੰ ਇਸ ਤਰ੍ਹਾਂ ਹੀ ਵੇਚਣ ਦੀ ਤਿਆਰੀ ਕਰਦੇ ਆ, ਜੇ ਮੋਟਰਸਾਈਕਲ ਨਹੀਂ ਵਿਕਦਾ ਫਿਰ ਉਹਦੇ ਸਪੇਅਰ ਪਾਰਟ ਕੱਢ ਕੇ ਵੱਖਰੇ ਵੱਖਰੇ ਸਪੇਅਰ ਪਾਰਟ ਵੇਚਦੇ ਆ। ਕਿੰਨੇ ਮੈਂਬਰ ਨੇ ਜੀ ਗਰੋਹ ਦੇ? ਇਹ ਗਰੋਹ ਦੇ 5 ਮੈਂਬਰ ਨੇ, ਬਾਕੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੇ ਕੋਈ ਹੋਰ ਵੀ ਇਹਦੇ ਵਿੱਚ ਇਨਵੋਲਵ ਹੋਇਆ ਤਾਂ ਉਹਨੂੰ ਵੀ ਇਸ ਵਿੱਚ ਪਹਿਲਾਂ ਵੀ ਇਹਨਾਂ ਦੇ ਮਾਮਲੇ ਦਰਜ ਹੈ? ਪਹਿਲਾਂ ਵੀ ਇਹਨਾਂ ਦੇ ਹੈਗੇ ਮਾਮਲੇ ਦਰਜ ਨੇ ਚੋਰੀਆਂ। ਜਾਂਚ ਦੌਰਾਨ ਕੋਈ ਹੋਰ ਖੁਲਾਸਾ ਵੀ ਹੋ ਸਕਦਾ? ਜੋ ਹੋਊਗਾ ਉਹ ਦੁਬਾਰਾ ਫਿਰ ਸਾਹਮਣੇ।